ਵੀ ਦੋਸਤੋ ਤੁਹਾਨੂੰ ਇੱਕ ਪਹਿਲੇ ਸੂਏ ਦੀ ਆਪਾਂ ਬੈੜ ਤੋੜ ਕੇ ਦਿਖਾਉਂਦੇ ਹਾਂ ਕਿ ਦੇਖੋ ਤੁਸੀਂ ਕੱਦ ਕੱਦ ਕਾਠ ਅਤੇ ਬੇਲ ਬੁਲ ਵੀ ਬਹੁਤ ਆ ਗਾਂ ਦੀ। ਪਹਿਲਾਂ ਤੁਸੀਂ ਤੁਰਦੇ ਹੋ ਚੈੱਕ ਕਰ ਲਿਓ, ਪਹਿਲੇ ਸੂਏ ਸੂਈ ਹੋਈ ਆ 4-5 ਦਿਨਾਂ ਦੀ। ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਵਾਂ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ। ਦੋਸਤੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ। ਜਿਵੇਂ ਤੁਹਾਨੂੰ ਪਤਾ ਦੋਸਤੋ, ਮਾਨਸਾ ਪਸ਼ੂ ਮੰਡੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ, ਹੈ ਨਾ। ਅਤੇ ਅੱਜ ਮਾਨਸਾ ਪਸ਼ੂ ਮੰਡੀ 'ਤੇ ਆਪਾਂ ਕਵਰ ਕਰਨ ਪਹੁੰਚੇ ਹਾਂ। ਆ ਜਾਓ ਫਿਰ ਵੀਡੀਓ ਦੇ ਵਿੱਚ, ਤੁਹਾਨੂੰ ਆਪਾਂ ਇੱਕ ਤੋਕੜ ਗੱਭਣ ਮਾਝਾ ਅਤੇ ਹੋਰ ਮਾਝਾ ਦੀ ਡਿਟੇਲ ਲੈਤੀ ਹੋਈ ਆ। ਤੋਰ ਫਿਰ ਕੇ ਡਿਟੇਲ ਲੈ ਕੇ ਦੇਵਾਂਗੇ। ਜਿਹੜੇ ਭਰਾ ਚੈਨਲ 'ਤੇ ਪਹਿਲੀ ਵਾਰੀ ਆਏ ਜਾਂ ਅੱਗੇ ਵੀ ਵੀਡੀਓ ਦੇਖਦੇ ਆ, ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਆ ਜਾਓ ਫਿਰ ਵੀਡੀਓ ਦੀ ਆਪਾਂ ਕਰਦੇ ਹਾਂ ਸ਼ੁਰੂਆਤ। ਦੋਸਤੋ ਤੁਹਾਨੂੰ ਇੱਕ ਆਪਾਂ ਮੱਝ ਤੋਰ ਕੇ ਦਿਖਾਉਣੇ ਹੈਗੇ, ਡਿਟੇਲ ਆਪਾਂ ਬਾਈਆਂ ਤੋਂ ਲੈ ਲਿਆ। ਤੁਹਾਨੂੰ ਥਾਣ ਹਵਾਨਾ ਜਿਹੜਾ ਬੈਕ ਸਾਈਡ ਤੋਂ ਜਿਹੜਾ ਮੱਝ ਦਾ ਤੁਸੀਂ ਦੇਖ ਸਕਦੇ ਹੋਗੇ। ਕਰਾਂਗੇ ਬਾਈਆਂ ਨਾਲ ਗੱਲਬਾਤ ਵੀ ਕਿਵੇਂ ਸੂਈ ਸੂਈ ਹੋਈ ਆ, ਕਿੰਨਾ ਦੁੱਧ ਆ, ਕੀ ਰੇਟ ਕਰਦੇ ਆ, ਸਾਰੀ ਡਿਟੇਲ ਤੁਹਾਨੂੰ ਬਾਈਆਂ ਤੋਂ ਆਪਾਂ ਲੈ ਕੇ ਦੇਵਾਂਗੇ। ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਿਓ, ਨੰਬਰ ਵੀ ਲੈ ਕੇ ਦੇਵਾਂਗੇ ਆਪਾਂ, ਪਹਿਲਾਂ ਤੁਸੀਂ ਦੇ ਸਕਦੇ ਹੋਗੇ। ਅਤੇ ਬਾਕੀ ਦੇ ਧੋਰ ਬਾਈ, ਇੱਕ ਆਹ ਝੋਟੀ ਦਿਖਾਉਣੇ ਆਪਾਂ ਤੁਹਾਨੂੰ ਤੋਰ ਕੇ, ਇਹਨੂੰ ਦੂਜੇ ਸੂਏ ਸੂਈ ਹੋਈ ਆ, ਸੂਣ ਵਾਲੀ ਆ, ਠੀਕ ਆ ਠੀਕ ਆ। 16-17 ਦਿਨਾਂ ਦੀ ਕੱਚੀ ਹੈਗੀ, ਦੂਜੇ ਸੂਏ ਜਿਹੜਾ ਝੋਟੀ ਨੇ ਸੂਣਾ ਗਾ, ਇਹ ਤੁਰਦੀ ਚੈੱਕ ਕਰ ਲਓ ਤੁਸੀਂ, ਬੋਡੀ ਸਟਰੈਚਰ ਦੀ ਵਧੀਆ ਸੋਹਣੀ ਆ, ਹੈ ਨਾ। ਬਾਕੀ ਆਪਾਂ ਡਿਟੇਲ ਦੋਨਾਂ ਦੀ ਇਕੱਠਿਆਂ ਦੀ ਬਾਈਆਂ ਤੋਂ ਲੈ ਜਾਂਗੇ, ਸਿੰਗਾ ਸੁੰਗਾਂ ਦੀ। ਆਹ ਜਿਹੜੀ ਝੋਟੀ ਹੈਗੀ ਕੁੰਡੀ ਆ ਵਧੀਆ, ਬੋਡੀ ਬਣਤਰ ਦੀ ਵਧੀਆ ਹੈਗੀ, ਹੈ ਨਾ। ਬਾਕੀ ਆਪਾਂ ਡਿਟੇਲ ਬਾਈ ਤੋਂ ਲਵਾਂਗੇ ਵੀ ਮਾਲ ਮੁੱਲ ਤੁਹਾਨੂੰ ਪੁੱਛ ਕੇ ਦੱਸਾਂਗੇ, ਅਤੇ ਦੁੱਧ ਬਾਰੇ ਵੀ ਜਾਣਕਾਰੂ ਕਰਾਂਗੇ। ਸਾਰੀ ਡਿਟੇਲ ਆਪਾਂ ਬਾਈਆਂ ਤੋਂ ਗੱਲਬਾਤ ਕਰਦੇ ਹਾਂ ਬਾਈਆਂ ਨਾਲ। ਪਹਿਲਾਂ ਤੁਸੀਂ ਸਿੰਗਾ ਸੁੰਗਾ ਦੇਖ ਲਓ ਕੁੰਡੀ ਹੈਗੀ, ਆ ਜਾਓ ਫਿਰ ਬਾਈਆਂ ਨਾਲ ਆਪਾਂ ਕਰਦੇ ਹਾਂ ਗੱਲਬਾਤ, ਅਤੇ ਡਿਟੇਲ ਲੈ ਕੇ ਦਿੰਦੇ, ਸਾਨੂੰ ਨੰਬਰ ਵੀ ਲੈ ਕੇ ਦੇਵਾਂਗੇ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਆ ਬਾਈ ਆਪਣਾ? ਪਿੰਡ ਕਿਹੜਾ? ਪਿੰਡ ਮੂਸਾ ਜੀ। ਮੂਸਾ, ਠੀਕ ਆ, ਜ਼ਿਲ੍ਹਾ ਮਾਨਸਾ, ਹੈ ਨਾ। ਜ਼ਿਲ੍ਹਾ ਮਾਨਸਾ ਜੀ, ਠੀਕ ਆ। ਕਾਲੇ ਬਾਈ, ਜਿਹੜੀ ਆਪਾਂ ਮੱਝ ਤੋਰੀ ਹੈਗੀ, ਕਿਵੇਂ ਸੂਈ ਸੂਈ ਹੋਈ ਆ ਇਹ? ਚੌਥਾ ਸੂਆ ਹੋਊਗਾ। ਚੌਥਾ ਸੂਆ, ਕਹਿ ਕੇ ਦਿਨ ਹੋ ਗਏ ਸੂਈ ਨੂੰ? 5-6 ਦਿਨ ਹੋ ਗਏ। ਦੁੱਧ ਦੀ ਗੱਲ ਕਰੀਏ ਕਾਲੇ ਬਾਈ, ਕਿੰਨਾ ਕੁ ਦੁੱਧ? 12 ਲੀਟਰ ਜੀ। 12 ਲੀਟਰ, ਠੀਕ ਆ। ਬੱਚਾ ਕੀ ਆ ਮਗਰ ਬਾਈ? ਮਗਰ ਕੱਟਾ ਗਾ, ਠੀਕ ਆ। ਤੇ ਬਾਈ ਰੇਟ ਦੀ ਗੱਲ ਕਰੀਏ ਕਾਲੇ ਦੀ? 1-10 ਲੈਣ ਦੇਣਾ, ਮਾਨ ਤਾਨ ਹੋ ਜੂ। ਨੰਬਰ ਬੋਲ ਦੇ ਬਾਈ ਇੱਕ ਵਾਰੀ। 95-926-78-215, ਠੀਕ ਆ। ਤੇ ਕਾਲੇ ਜਿਹੜੀ ਆਪਾਂ ਝੋਟੀ ਤੋਰੀ ਹੈਗੀ, ਇਹ ਸੂਣ ਵਾਲੀ ਆ, ਹੈ ਨਾ, ਠੀਕ ਆ ਠੀਕ ਆ। ਇਹ ਕਹਿ ਕੇ ਦਿਨ ਲੈ ਜੂ ਬਾਈ? 5-4 ਦਿਨ ਲੈ ਜੂ, ਠੀਕ ਆ। ਮਤਲਬ ਕੱਢਦੀ ਆ ਜੇ ਦਿਨ, ਠੀਕ ਆ। ਤੇ ਇਹਦੀ ਦੁੱਧ ਦੀ ਕਪੈਸਿਟੀ ਕਾਲੇ ਕੀ ਰਹੂ? 13 ਸੇਰ ਦੀ। 13 ਸੇਰ ਦੀ, ਠੀਕ ਆ। ਤੇ ਮੁੱਲ ਦੀ ਗੱਲ ਕਰੀਏ? 1-20, ਬਾਕੀ ਫੋਨ ਤੇ ਗੱਲਬਾਤ ਹੋ ਜੂ, ਹੈ ਨਾ, ਠੀਕ ਆ। ਵਪਾਰ ਦਾ ਕੰਮ ਆਪਣਾ, ਠੀਕ ਆ। ਲੈ ਵੀ ਠੀਕ ਆ ਠੀਕ ਆ। ਲੈ ਮਿੱਤਰੋ, ਜੇ ਤੁਸੀਂ ਆਹ ਮੱਝਾਂ ਪਸੰਦ ਆਉਂਦੀਆਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ, ਹੋਰ ਵੀ ਬਾਈਆਂ ਕੋਲ ਵਪਾਰ ਦਾ ਕੰਮ ਹੈਗਾ, ਅਤੇ ਉਹਨਾਂ ਵਾਸਤੇ ਵੀ ਜਿਹੜੀ ਬਾਈ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਇੱਕ ਇੱਧਰ ਤੁਹਾਨੂੰ ਦੋਸਤ ਆਪਾਂ ਤੋਕਣ ਗੱਭਣ ਮੱਝਾਂ ਜਿਹੜੀ ਤੋਰ ਕੇ ਦਿਖਾਉਣੇ ਹੈਗੇ, ਆਹ ਖੜੀ ਹੈਗੀ ਤੋਰ ਬਾਈ, ਲੈ ਆਹ ਮੱਝ ਹੈਗੀ ਜਿਹੜੀ ਤੋਕੜ ਗੱਭਣ ਹੈਗੀ ਬਾਈਆਂ ਦੀ, ਇਹਦੀ ਵੀ ਆਪਾਂ ਬਾਈਆਂ ਤੋਂ ਡਿਟੇਲ ਲੈ ਕੇ ਦੇਵਾਂਗੇ, ਇਹਦਾ ਵੀ ਨੰਬਰ ਬਾਈਆਂ ਤੋਂ ਆਪਾਂ ਲੈ ਕੇ ਦੇਵਾਂਗੇ ਤੁਹਾਨੂੰ। ਦੇ ਸਕਦੇ ਹੋ ਤੁਸੀਂ, ਪਹਿਲਾਂ ਤੁਸੀਂ ਤੁਰਦੇ ਨੂੰ ਚੈੱਕਆਊਟ ਕਰ ਲਿਓ, ਠੀਕ ਆ। 4 ਮਹੀਨਿਆਂ ਦੀ ਬਾਈ ਗੱਭਣ ਦੱਸ ਦਿਆਂਗੇ, ਅਤੇ ਬਾਕੀ ਦੇ ਤੁਰਦੇ ਨੂੰ ਚੈੱਕ ਕਰ ਲਿਓ, ਡਿਟੇਲ ਤੁਹਾਨੂੰ ਸਾਰੀ ਲੈ ਦਿਆਂਗੇ ਆਪਾਂ ਵੀ ਦੁੱਧ ਦਾ ਕਿੰਨਾ ਹੈਗਾ, ਕਿਵੇਂ ਮਿਲਦੀ ਹੈਗੀ, ਕੀ ਰੇਟ ਕਰਦੇ, ਹੈ ਨਾ, ਸਾਰੀ ਡਿਟੇਲ ਲੈ ਕੇ ਦੇਵਾਂਗੇ। ਇਹ ਤੋਕੜ ਗੱਭਣ ਮੱਝ ਆ ਗਈ ਜਿਹੜੀ, ਦੇ ਸਕਦੇ ਹੋ ਤੁਸੀਂ। ਬੋਡੀ ਬਣਤਰ ਦੀ ਇਹ ਵੀ ਚੰਗੀ ਹੈਗੀ, ਸਿੰਗਾ ਸੁੰਗਾਂ ਦੀ ਵਧੀਆ ਕੁੰਡੀ ਹੈਗੀ, ਵਧੀਆ ਝੋਟੀ ਚੰਗੀ ਹੈਗੀ। ਪੁੱਸਾਂ ਬਾਈਆਂ ਨੂੰ ਵੀ ਕਿਵੇਂ ਸੂਏ ਜਿਹੜੀ ਸੂਈ ਹੋਈ ਆ, ਰੇਟ ਤੋਂ ਵੀ ਬਾਈਆਂ ਤੋਂ ਜਾਣੂ ਕਰਾ ਕੇ ਦਿੰਦੇ ਹਾਂ ਤੁਹਾਨੂੰ।
ਸਿੰਘਾਂ ਦੀ ਐਂ ਜਮਾਂ ਕੁੰਡੀ ਹੈਗੀ ਚੋਟੀ ਬਾਈ। ਸਤਿ ਸ਼੍ਰੀ ਅਕਾਲ, ਕੀ ਨਾਮ ਆ ਬਾਈ ਆਪਣਾ? ਕਿਹੜਾ ਪਿੰਡ ਆ ਬਾਈ? ਬਾਲੇ ਵਾਲੀ, ਜ਼ਿਲ੍ਹਾ ਬਠਿੰਡਾ। ਠੀਕ ਆ, ਲੈ ਵੀ ਬਾਲੇ ਵਾਲੀ ਤੋਂ ਬਾਈ ਆਇਆ ਗਾ, ਜ਼ਿਲ੍ਹਾ ਬਠਿੰਡਾ ਰਹਿ ਜਾਂਦਾ ਗਾ। ਅਤੇ ਬਾਈ ਆਪਣੀ ਕਿਵੇਂ ਸੂਈ ਸੂਈ ਹੋਈ ਆ ਇਹ? ਦੂਜੇ ਸੂਈ ਹੋਣ ਵੀਰੇ, ਦੂਜੇ ਸੂਈ ਸੂਈ ਹੋਈ ਆ ਪਹਿਲਾਂ? ਹਾਂ, ਪਹਿਲਾਂ ਸੂਈ ਹੋਈ ਆ, ਹੁਣ ਦੂਜੇ ਸੂਣਾ ਇਹਨੇ। ਹੁਣ ਗੱਭਣਾ 4 ਮਹੀਨੇ ਦੀ। ਅੱਛਾ, ਸਰ ਪਹਿਲੇ ਸੂਏ ਸੂਈ ਹੋਈ ਆ? ਹਾਂ। ਠੀਕ ਆ, ਦੂਜੇ ਸੂਏ ਸੂਣਾ ਹੁਣ? ਹਾਂ, 4 ਮਹੀਨੇ ਦੀ। 4 ਮਹੀਨਿਆਂ ਦੀ ਗੱਭਣਾ, ਚੱਕ ਪਾਸ ਜਮਾਂ। ਚੱਕ ਪਾਸ ਜਮਾਂ। ਠੀਕ ਆ, ਅਤੇ ਦੁੱਧ ਦੀ ਗੱਲ ਕਰੀਏ ਬਾਈ? 8 ਕਿਲੋ ਹੁਣ ਜਮਾਂ ਤਿਆਰ। ਦੋਨੇ ਡੰਗ ਮਿਲਦੀ ਆ? ਹਾਂ, ਦੋਨੇ ਡੰਗ। ਕੱਟੇ ਤੇ? ਕੱਟਾ ਕੱਟੀ ਆ? ਕੱਟੇ ਤੇ। ਹਾਂਜੀ। ਠੀਕ ਆ, ਠੰਡੀ ਸੀਲਾ ਜਮਾਂ? ਜਮਾਂ ਠੰਡੀ ਸੀਲਾ, ਐਂ ਬਹਿ ਜਾ ਪਾਉਂਦੀ ਉਤਰਾਉਂਦੀ। ਠੀਕ ਆ, ਠੀਕ ਆ। ਲੈ ਵੀ 4 ਮਹੀਨਿਆਂ ਦੀ ਗੱਭਣਾ, ਜਿਹੜੀ ਤੁੱਕੜ ਗੱਭਣਾ ਦੀ ਮੰਗ ਵੱਧ ਜ਼ਿਆਦਾ ਗਈ। ਹਾਂ। ਅਤੇ 4 ਮਹੀਨਿਆਂ ਦੀ ਗੱਭਣਾ ਗਈ, ਦੂਜੇ ਸੂਏ ਨੇ ਸੂਣਾ ਗਾ। ਹਾਂ, 4 ਮਹੀਨੇ ਦੀ ਗੱਭਣਾ। ਠੀਕ ਆ, ਰੇਟ ਦੀ ਗੱਲ ਕਰੀਏ ਪਹਿਲਾਂ ਲਈ? ਲੈ ਜਾਓ ਜਿੰਨੀ ਚੰਗੀ ਲੱਗਦੀ ਹੈ। 10 ਤੋਂ 10 ਲੱਖ ਕੋਈ ਮੌਕੇ ਤੇ ਮੋਲ ਤਾਂ 85 ਹਜ਼ਾਰ ਕਰੀ ਜਾਂਦੇ ਜੀ ਮਤਲਬ 85 ਹਜ਼ਾਰ ਬਾਕੀ ਫੋਨ ਤੇ ਗੱਲਬਾਤ ਹੋਈ ਨੰਬਰ ਬੋਲ ਦੇ ਇੱਕ ਵਾਰੀ 9976 92 7 4 9 7 94 ਠੀਕ ਆ 9 7 91 9 7 94 ਠੀਕ ਆ ਲੈ ਵੀ ਦੋਸਤ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਬ
ਬਾਅਦ। ਠੀਕ ਹੈ ਜੀ ਦੋਸਤੋ, ਤੁਹਾਨੂੰ ਇੱਕ ਪਹਿਲੇ ਸੂਏ ਦੀ ਆਪਾਂ ਬੈਠ ਤੋਰ ਕੇ ਦਿਖਾਉਂਦੇ ਹਾਂ ਕਿ ਦੇਖੋ ਤੁਸੀਂ ਕੱਦ ਕੱਦ ਕਾਠ ਅਤੇ ਬੇਲ ਬੁਲ ਵੀ ਬਹੁਤ ਆ ਗਾਂ ਦੀ। ਪਹਿਲਾਂ ਤੁਸੀਂ ਤੁਰਦੇ ਹੋ ਚੈੱਕ ਕਰ ਲਿਓ, ਪਹਿਲੇ ਸੂਏ ਸੂਈ ਹੋਈ ਆ 4-5 ਦਿਨਾਂ ਦੀ। ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗੇ, ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਸੰਪਰਕ ਤੁਸੀਂ ਕਰ ਲਿਓ, ਨੰਬਰ ਤੁਹਾਨੂੰ ਲੈ ਕੇ ਦੇਵਾਂਗੇ ਆਪਾਂ। ਕੱਦ ਕਾਠ ਅਤੇ ਬੇਲ ਬੁਲ ਬਹੁਤ ਆ ਗਾਂ ਦੀ, ਚੰਗੀ ਆ ਗਈ, ਪਹਿਲੇ ਸੂਏ ਦੀ ਬੈੜ ਆ ਗਈ, 2.5 ਸਾਲਾਂ ਦੀ ਉਮਰ ਆ ਗਈ। ਬਾਕੀ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਵੀ ਕੀ ਦੁੱਧ ਦੀ ਕੰਪੈਸਿਟੀ ਨੂੰ ਕੀ ਮੁੱਲ ਕਰਦਾ, ਹੈ ਨਾ, ਸਾਰੀ ਤੁਹਾਨੂੰ ਡਿਟੇਲ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਅਤੇ ਲੈ ਕੇ ਦਿੰਦੇ ਹਾਂ। ਆ ਜਾਓ ਫਿਰ ਆਪੇ ਬੋਲਾਂਗੇ ਬਾਈ, ਆ ਜਾ ਬਾਈ। ਸਤਿ ਸ਼੍ਰੀ ਅਕਾਲ, ਕੀ ਨਾਮ ਆ ਬਾਈ ਆਪਣਾ? ਠੀਕ ਆ, ਪਿੰਡ ਭਾਈ ਦੇਸਾ। ਬਾਈ ਜਿਹੜੀ ਆਪਣੀ ਇਹ ਬੈੜ ਤੋਰੀ ਆ ਗਈ ਆਪਾਂ, ਪਹਿਲੇ ਸੂਏ ਸੂਈ ਹੋਈ ਆ? ਠੀਕ ਆ। ਬੱਚਾ ਕੀ ਆ? ਮਗਰ ਮਗਰ ਬੱਸੀ ਆ। ਕਹਿ ਕੇ ਦਿਨ ਹੋ ਗਏ ਬਾਈ ਸੂਈ ਨੂੰ? ਪਰਸੋਂ ਸੂਈ ਆ। ਅਤੇ ਦੁੱਧ ਦੀ ਬਾਈ ਕੀ ਉਮੀਦ ਰਹੂ ਇਹ ਤੋਂ? 20+ 30 ਪਲੱਸ? ਠੀਕ ਆ, ਚੰਗੀ ਆ ਬੈੜ, ਹੈ ਨਾ, ਕੱਦ ਕਾਠ ਆ ਅਤੇ ਬੇਲ ਬੁਲ ਬਹੁਤ ਆ ਗਈ। ਲੈ ਵੀ ਦੋਸਤੋ, ਬਾਈ ਕਹਿੰਦਾ 30+ ਦੁੱਧ ਕੱਢੂਗੀ। ਅਤੇ ਬਾਈ ਰੇਟ ਦੀ ਗੱਲ ਕਰੀਏ, ਰੇਟ ਬਾਈ ਜੀ 1,00,000 ਅਤੇ 10,000। ਠੀਕ ਆ, ਲੈਣ ਦੇਣ ਕੋਈ ਗੱਲ ਨਹੀਂ, ਮੌਕੇ 'ਤੇ ਮਾਨਦਾਨ ਕਰ ਦਿਆਂਗੇ ਜੀ। ਮੌਕੇ 'ਤੇ ਮਾਨਦਾਨ ਹੋ ਜੂ, ਨੰਬਰ ਬੋਲਦੇ ਬਾਈ ਇੱਕ ਵਾਰੀ, 87-290 3690 ਜੀ। ਠੀਕ ਆ, ਲੈ ਵੀ ਬਾਈ ਭਾਈ ਦੇਸੇ ਤੋਂ ਆਇਆ ਗਾ, ਪਹਿਲੇ ਸੂਏ ਸੂਈ ਹੋਈ ਆ। ਅਤੇ ਉਮਰ ਬਾਈ ਕਿੰਨੀ ਕੁ ਹੋਏ ਦੀ? 2.5 ਸਾਲ ਦੀ। ਠੀਕ ਆ, ਲੈ ਵੀ ਬਾਈ ਕਹਿੰਦਾ 2.5 ਸਾਲਾਂ ਦੀ ਉਮਰ ਆ ਇਹਦੀ, ਅਤੇ ਪਹਿਲੇ ਸੂਏ ਸੂਈ ਹੋਈ ਆ, 30+ ਦੁੱਧ ਦੀ ਉਮੀਦ ਆ ਬਾਈ ਕਹਿੰਦਾ। ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਲਿਓ, ਨੰਬਰ ਬੋਲਤਾ, ਜੇ ਕਿਸੇ ਭਰਾ ਨੇ ਲੈਣੀ ਹੋਈ ਚੰਗੀ ਆ ਬੈੜ। ਠੀਕ ਆ, ਠੀਕ ਆ, ਬਾਜ਼ਾਰ ਬਜ਼ੂਰ ਲੱਗਾ ਨਹੀਂ? ਠੀਕ ਆ, ਠੀਕ ਆ, ਲੈ ਵੀ ਬਾਜ਼ਾਰ ਬਜ਼ੂਰ ਬਾਈ ਕਹਿੰਦਾ ਕੋਈ ਨਹੀਂ ਲੱਗਿਆ ਗਾਂ ਨੂੰ, ਪਹਿਲੇ ਸੂਏ ਸੂਈ ਹੋਈ ਆ 3-4 ਦਿਨਾਂ ਦੀ। ਬਾਕੀ ਤੁਸੀਂ ਥਣ ਹਵਾਨਾ ਜਿਹੜਾ ਦੇ ਸਕਦੇ ਹੋ, ਚੰਗੀ ਆ ਬੈੜ, ਕੱਦ ਕਾਠ ਵੀ ਚੰਗਾ ਗਾ, ਬੇਲ ਵੀ ਬਹੁਤ ਆ। ਬਾਕੀ ਤੁਸੀਂ ਸੰਪਰਕ ਕਰਕੇ ਰੇਟ ਜਿਹੜਾ ਬਾਈ ਕਹਿੰਦਾ ਆਪਾਂ ਫੋਨ 'ਤੇ ਗੱਲਬਾਤ ਘੱਟ ਵੱਧ ਜਿਹੜਾ ਕਰ ਲਾਂਗੇ। ਦੇਖੋ ਤੁਸੀਂ ਕਿੰਨੀ ਘੈਂਟ ਬੈੜ ਆ। ਆ ਜਾਓ ਫਿਰ ਵੀਡੀਓ ਦੇ ਅੱਗੇ ਬਣੇ ਰਹੋ, ਤੁਹਾਨੂੰ ਅੱਗੇ ਵੀ ਹੋਰ ਆਪਾਂ ਪਸ਼ੂ ਜਿਹੜੇ ਤੋਰ ਕੇ ਦਿਖਾਵਾਂਗੇ। ਆ ਜਾਓ, ਲੈ ਵੀ ਦੋਸਤੋ, ਤੁਹਾਨੂੰ ਇੱਕ ਆਪਾਂ ਹੋਰ ਝੋਟੀ ਤੋਰ ਕੇ ਦਿਖਾਉਂਦੇ ਹਾਂ ਜਿਹੜੀ ਸੂਈ ਹੋਈ ਹੈਗੀ ਤਾਜ਼ੀ। ਬਾਕੀ ਬਾਈ ਨਾਲ ਪੁੱਛਾਂਗੇ ਆਪਾਂ ਵੀ ਕਿੰਨਾ ਕੁ ਚਿਰ ਹੋ ਗਿਆ ਸੂਈ ਨੂੰ, ਹੈ ਨਾ। ਪਹਿਲਾਂ ਤੁਸੀਂ ਤੁਰਦੇ ਹੋ ਚੈੱਕ ਆਊਟ ਕਰ ਲਿਓ,
ਤੇ ਦੁੱਧ ਦੁੱਧ ਦੀ ਕੰਪੈਸਟੀ ਆਪਾਂ ਨੂੰ ਪੁੱਛ ਕੇ ਦੱਸਾਂਗੇ ਤੁਹਾਨੂੰ, ਬਾਈਆਂ ਦਾ ਨੰਬਰ ਵੀ ਲੈ ਦਾਂਗੇ। ਬਾਕੀ ਚੰਗੇ ਦੁੱਧ ਵਾਲੀ ਲੱਗਦੀ ਹੈਗੀ, ਥਾਣਾ ਹਵਾਨਾ ਸਾਈਡ ਤੋਂ ਜਿਹੜਾ ਦੇ ਸਕਦੇ ਹੋ। ਬਾਕੀ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ, ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਆ ਬਾਈ ਆਪਣਾ? ਨਿੱਕਾ, ਕਿਹੜਾ ਪਿੰਡ ਆ? ਟੈਪੀ, ਜ਼ਿਲ੍ਹਾ ਸੰਗਰੂਰ, ਮਾਨਸੀ ਪਿੰਡ ਦਾ। ਠੀਕ ਆ ਬਾਈ, ਜਿਹੜੀ ਆਪਾਂ ਆਹ ਮੱਝ ਤੋਰੀ ਆ, ਕਿਵੇਂ ਸੂਈ ਸੂਈ ਆ ਇਹ? ਦੂਜੇ ਸੂਏ। ਬੱਚਾ ਕੀ ਆ ਮਗਰ? ਮਗਰ ਕੱਟਾ ਗਾ। ਠੀਕ ਆ, ਕਿਆ ਕੁ ਦਿਨ ਹੋ ਗਏ ਬਾਈ ਸੂਈ ਨੂੰ? 15-20 ਦਿਨ ਹੋ ਗਏ ਸੂਈ ਨੂੰ। ਅਤੇ ਦੁੱਧ ਦੀ ਗੱਲ ਕਰੀਏ ਬਾਈ, ਦੁੱਧ ਕਿੰਨਾ ਹਾਜ਼ਰ ਆ ਜਮਾਂ? ਤਸੱਲੀ ਵਾਲਾ, ਠੀਕ ਆ। ਲੈ ਵੀ ਬਾਈ ਕਹਿੰਦਾ 11 ਕਿਲੋ ਦੁੱਧ ਤਿਆਰ ਆ ਜਮਾਂ, 15-20 ਦਿਨ ਹੋ ਗਏ ਸੂਈ ਨੂੰ। ਅਤੇ ਦੂਜੇ ਸੂਏ ਜਿਹੜੀ ਸੂਈ ਹੋਈ ਹੈਗੀ, ਅਤੇ ਬਾਈ ਗੱਲ ਮੁੱਲ ਦੀ ਕਰੀਏ ਫਿਰ, 95,000 ਆ ਲੈਣ ਦੇਣ ਆ ਕੇ ਕਰ ਲਾਂਗੇ ਮੌਕੇ ਦੀ ਬਾਈ। ਠੀਕ ਆ ਠੀਕ ਆ, ਲੈ ਵੀ ਰੇਟ ਬਾਈ 95,000 ਕਰਦਾ। ਨੰਬਰ ਬੋਲਦੇ ਬਾਈ ਆਪਾਂ, 63-95-63-95 54-214, ਪਿੰਡ ਟੈਪੀ, ਜ਼ਿਲ੍ਹਾ ਮਾਨਸਾ। ਠੀਕ ਆ, ਲੈ ਵੀ ਦੂਜੇ ਸੂਏ ਦੀ ਮੱਝ ਹੈਗੀ, ਜੇ ਕਿਸੇ ਭਰਾ ਨੇ ਲੈਣੀ ਹੋਈ 11-12 ਲੀਟਰ ਦੁੱਧ ਵਾਲੀ ਹੈਗੀ, ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ, ਪਿੰਡ ਟੈਪੀ, ਜ਼ਿਲ੍ਹਾ ਮਾਨਸਾ। ਅਤੇ ਮੁੱਲ ਜਿਹੜਾ 95,000, ਬਾਕੀ ਬਾਈ ਕਹਿੰਦਾ ਆਪਾਂ ਫੋਨ 'ਤੇ ਗੱਲਬਾਤ ਜਿਹੜੀ ਕਰ ਲਾਂਗੇ। ਠੀਕ ਹੈ ਜੀ। ਵੀ ਮਿੱਤਰ, ਇੱਕ ਸੋਟੀ ਤੁਹਾਨੂੰ ਆਪਾਂ ਹੋਰ ਤੋਰ ਕੇ ਦਿਖਾਉਂਦੇ ਹਾਂ ਬਾਈਆਂ ਦੀ। ਪਹਿਲਾਂ ਤੁਸੀਂ ਤੁਰਦੇ ਚੈੱਕ ਕਰ ਲਓ ਮੂੰਹ ਮੱਥੇ ਸਿੰਗਾਂ ਸੁੰਗਾਂ ਦੀ, ਹੈ ਨਾ। ਬਾਕੀ ਆਪਾਂ ਡਿਟੇਲ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਤੁਹਾਨੂੰ, ਸਾਰੀ ਗੱਲਬਾਤ ਬਾਈ ਨਾਲ ਕਰਾਂਗੇ। ਅਤੇ ਤੁਰਦੇ ਚੈੱਕਆਊਟ ਕਰ ਲਿਓ, ਬਾਡੀ ਮੰਥ ਦੀ ਸਾਨੂੰ ਆਪਾਂ ਦਿਖਾਉਂਦੇ ਹਾਂ, ਕਿਹੜੇ ਥਾਣ ਹਵਾਨੇ ਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਆ ਗਏ, ਹੈ ਨਾ। ਡਿਟੇਲ ਤੁਹਾਨੂੰ ਸਾਰੀ ਬਾਈਆਂ ਤੋਂ ਆਪਾਂ ਲੈ ਕੇ ਦੇਵਾਂਗੇ, ਨੰਬਰ ਵੀ ਲੈ ਕੇ ਦੇਵਾਂਗੇ, ਸਾਈਡ ਤੋਂ ਥਾਣ ਹਵਾਨਾ ਤੁਸੀਂ ਦੇ ਸਕਦੇ ਹਾਂ। ਬਾਕੀ ਦੇ ਦੁੱਧ ਅੱਧ ਪੁੱਛਾਂ ਬਾਈਆਂ ਤੋਂ ਕਿੰਨਾ ਗਾ, ਕਿਵੇਂ ਸੂਈ ਸੂਈ ਹੋਈ ਆ, ਕਿਆ ਕਿਆ ਦਿਨ ਹੋ ਗਏ ਸੂਈ ਨੂੰ, ਸਾਰੀ ਡਿਟੇਲ ਲੈ ਕੇ ਦੇਵਾਂਗੇ। ਨੰਬਰ ਵੀ ਲੈ ਕੇ ਦੇਵਾਂਗੇ ਬਾਈਆਂ ਦਾ, ਦੇ ਸਕਦੇ ਤੁਸੀਂ। ਝੋਟੀ ਹੈਗੀ ਬਾਡੀ ਬਣਤਰ ਦੀ ਅਤੇ ਬਾਡੀ ਸਟਰਚਰ ਦੀ ਸੋਹਣੀ ਆ ਝੋਟੀ। ਅਤੇ ਬਾਕੀ ਦੇ ਦੁੱਧ ਦੀ ਕੰਪੈਸਟੀ ਆਪਾਂ ਬਾਈ ਤੋਂ ਪੁੱਛ ਲਾਂਗੇ ਵੀ ਕਿੰਨਾ ਗਾ, ਕੀ ਮਾਲ ਮੁੱਲ ਕਰਦੇ, ਸਾਰੀ ਡਿਟੇਲ ਤੁਹਾਨੂੰ ਬਾਈਆਂ ਤੋਂ ਆਪਾਂ ਜਿਹੜੀ ਲੈ ਕੇ ਦੇਵਾਂਗੇ। ਬਾਈ ਸਤਿ ਸ਼੍ਰੀ ਅਕਾਲ, ਕਿੱਥੋਂ ਆਏ ਹੋਗੇ? ਰਤੀਆ। ਠੀਕ ਆ ਠੀਕ ਆ, ਜਿਹੜੀ ਆਪਾਂ ਆਹ ਝੋਟੀ ਤੋਰੀ ਹੈਗੀ, ਇਹਦੇ ਥੱਲੇ ਦੁੱਧ ਦੁੱਧ ਕਿੰਨਾ ਕਾ ਗਾ? 12 ਲੀਟਰ। ਠੀਕ ਆ, ਕਿਵੇਂ ਸੂਈ ਸੂਈ ਆ? ਦੂਸਰੇ। ਠੀਕ ਆ, ਅਤੇ ਦੁੱਧ ਦੀ ਗੱਲ ਕਰੀਏ, ਦੁੱਧ ਕਿੰਨਾ ਗਾ? 12 ਕਿਲੋ। ਠੀਕ ਆ, ਦੂਜੇ ਸੂਏ ਸੂਈ ਹੋਈ ਹੈਗੀ। ਠੀਕ ਆ, ਮੁੱਲ ਕੀ ਕਰਤਾ ਬਾਈ? 1-10। ਠੀਕ ਆ, ਨੰਬਰ ਬੋਲਦੇ ਆਪਣਾ? 98-964 052-60। ਠੀਕ ਆ, ਅਤੇ ਜਿਹੜਾ ਰੇਟ ਹੈ 1-10, ਮੌਕੇ 'ਤੇ ਘੱਟ ਵੱਧ ਵੀ ਹੋ ਜੂਗਾ? ਠੀਕ ਆ ਠੀਕ ਆ, ਹਾਂ ਹਾਂ ਹਾਂ, ਰੇਟ ਤਾਂ ਚਲੋ ਕਰਨਾ ਪੈਂਦਾ ਨਾ ਮੰਡੀ 'ਤੇ। ਠੀਕ ਆ, ਵਪਾਰ ਦਾ ਕੰਮ ਹੈਗਾ? ਠੀਕ ਆ ਠੀਕ ਆ, ਲੈ ਵੀ ਮਿੱਤਰੋ, ਬਾਈਆਂ ਦਾ ਵਪਾਰ ਦਾ ਕੰਮ ਹੈਗਾ, ਰਤੀਆ ਪਿੰਡ ਹੈਗਾ, ਹਰਿਆਣੇ 'ਚ ਰਹਿੰਦਾ, ਹਰਿਆਣੇ 'ਚ ਆ ਵਪਾਰ ਦਾ ਕੰਮ ਆ, ਹਰਿਆਣੇ ਨੇ ਝੋਟੀਆਂ ਬਾਈਆਂ ਕੋਲ ਹੁੰਦੀਆਂ ਗੀਆਂ। ਜੇ ਤੁਸੀਂ ਹੋਰ ਵੀ ਪਸ਼ੂ ਖਰੀਦਣੇ ਹੋਏ ਤਾਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ, ਜ਼ਿਲ੍ਹਾ ਬਾਈਆਂ ਨੂੰ ਫਤਿਆਬਾਦ ਪੈ ਜਾਂਦਾ। ਮਗਰ ਬੱਚਾ ਕੀ ਹੈ ਬਾਈ ਇਹਦੇ? ਮਗਰ ਕੱਟੀ ਹੈਗੀ। ਬਾਕੀ 20 ਲੀਟਰ ਤੱਕ ਮਿਲ ਜੂਗੀ ਜੇ ਲੈਣ ਵਾਲਾ? ਠੀਕ ਆ ਠੀਕ ਆ, ਬਾਈ ਕਹਿੰਦਾ ਲੈ 20 ਲੀਟਰ ਤੱਕ ਦੁੱਧ ਵਾਲੀਆਂ ਮੱਝਾਂ ਆਪਣੇ ਕੋਲ ਹੁੰਦੀਆਂ ਗੀਆਂ। ਬਾਕੀ ਤੁਸੀਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋਰ ਪਸ਼ੂ ਜਿਹੜੇ ਬਾਈਆਂ ਤੋਂ ਖਰੀਦਣ ਲਈ, ਹੈ ਨਾ, ਹਰਿਆਣੇ ਦੀਆਂ ਝੋਟੀਆਂ ਖਰੀਦਣ, ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ। ਜੇ ਆਹ ਝੋਟੀ ਲੈਣੀ ਹੋਈ 12-13 ਲੀਟਰ ਦੁੱਧ ਵਾਲੀ ਹੈਗੀ, ਇਹਦੇ ਲਈ ਵੀ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ। ਵੀ ਤੁਹਾਨੂੰ ਇੱਕ ਮੱਝ ਤੋਰ ਕੇ ਦਿਖਾਉਂਦੇ ਹਾਂ ਆਪਾਂ, ਅਤੇ 12-13 ਕਿਲੋ ਦੁੱਧ ਵਾਲੀ ਮੱਝ ਹੈਗੀ। ਬਾਕੀ ਗੱਲਬਾਤ ਆਪਾਂ ਬਾਈ ਨਾਲ ਜਿਹੜੀ ਕਰਾਂਗੇ, ਤੁਹਾਨੂੰ ਲੈ ਕੇ ਦੇਵਾਂਗੇ ਨੰਬਰ। ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਦਾ ਜਿਹੜਾ ਸੰਪਰਕ ਕਰ ਸਕਦੇ ਹੋ, ਥਾਣਾ ਹਵਾਨਾ ਜਿਹੜਾ ਇੱਧਰੋਂ ਸਾਈਡ ਤੋਂ ਦੇ ਸਕਦੇ ਤੁਸੀਂ। ਬਾਕੀ ਦੇ ਨਵਾਈ ਨਵੂਈ ਨਹੀਂ ਬਾਈਆਂ ਨੇ, ਅਤੇ ਬਾਕੀ ਦੇ ਥਾਣਾ ਹਵਾਨਾ ਆਰਡਰ ਉਡਰ ਬਹੁਤ ਚੰਗਾ ਗਾ ਮੱਝ ਦਾ, ਦੇ ਸਕਦੇ ਤੁਸੀਂ, ਹੈ ਨਾ। ਬਾਕੀ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ, ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ ਵੀ ਕਿਵੇਂ ਸੂਈ ਸੂਈ ਹੋਈ ਆ, ਕਿੰਨਾ ਦੁੱਧ ਹੈਗਾ, ਕੀ ਬੱਚਾ ਮਗਰ ਆ।
ਕੀ ਹਾਲ ਅਮਨਜੀਤ? ਬਹੁਤ ਵਧੀਆ ਭਾਈ, ਕਿਰਪਾ ਹੋਵੇ ਨਾਮ ਕਰੀ। ਠੀਕ ਹੈ ਠੀਕ ਆ। ਹੋਰ ਫਿਰ ਕਿਵੇਂ ਚੱਲਦਾ? ਵਾਹਿਗੁਰੂ ਦੀ ਕਿਰਪਾ ਜੀ, ਬਹੁਤ ਵਧੀਆ। ਠੀਕ ਆ। ਜਿਹੜੀ ਆਪਾਂ ਆਹ ਮੱਝ ਤੋਰੀ ਹੈਗੀ, ਕਿਵੇਂ ਸੂਈ ਹੋਈ ਆ? ਤੀਜਾ ਸੂਆ। ਹਾਂ, 13 ਕਿਲੋ ਦੁੱਧ 12 ਦੀ ਗਰੰਟੀ ਦੇਵਾਂਗੇ। 13 ਕਿਲੋ ਦੁੱਧ ਆ, 12 ਦੀ ਗਰੰਟੀ ਆ ਜਮਾ। ਠੀਕ ਆ। ਤੇ ਬੱਚਾ ਕੀ ਹੈ ਮਗਰ ਇਹਦੇ? ਮਗਰ ਕੱਟੀ ਆ। ਠੀਕ ਆ। ਤੀਜੇ ਸੂਏ ਸੂਈ ਆ? ਠੀਕ ਆ। ਕਹਿ ਕੇ ਦਿਨ ਹੋ ਗਏ ਸੂਈ ਨੂੰ? 10 ਕੁ ਦਿਨ। ਠੀਕ ਆ। ਤੇ ਮੁੱਲ ਦੀ ਗੱਲ ਕਰੀਏ ਮਨਜੀਤ? ਠੀਕ ਆ। ਇੱਕ 5 ਦੀ ਹਾਂ ਨਾ ਦੇਣੀ ਆ। ਠੀਕ ਆ। ਬੁੱਕ ਤੇ ਹੋਰ ਮਾਨਦਾਨ? ਛੋਟਾ ਵੀ ਚੈਨਲ ਦੇਖ ਕੇ ਜ਼ਰੂਰ ਕਰਾਂਗੇ ਮਾਨਦਾਨ ਦਾ। ਠੀਕ ਠੀਕ ਆ ਠੀਕ ਆ। ਨੰਬਰ ਬੋਲ ਦੇ ਇੱਕ ਵਾਰੀ। ਨੰਬਰ ਆਪਣਾ 98152। ਠੀਕ ਆ। 3329। ਠੀਕ ਆ। 98152 34329। ਠੀਕ ਆ। ਲੈ ਵੀ ਦੋਸਤੋ। ਠੀਕ ਆ। ਤੇ ਬਾਕੀ ਬਾਈ ਜਿਹੜਾ ਪਸ਼ੂ ਦਬਾਉਂਦਾ ਵੀ ਆ ਮੰਡੀਆਂ ਤੋਂ, ਉਹਦੇ ਲਈ ਵੀ ਬਾਈ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋਗੇ, 98152 34329 ਇਹ ਨੰਬਰ ਆ ਬਾਈਆਂ ਦਾ। ਬਾਕੀ ਤੁਸੀਂ ਜੇ ਆਹ ਮੱਝ ਲੈਣੀ ਹੋਈ ਤਾਂ 1-5 ਚੋਂ ਵੀ ਮਾਨਦਾਨ ਜਿਹੜਾ ਬਾਈ ਕਹਿੰਦਾ ਆਪਾਂ ਕਰ ਦਿਆਂਗੇ, 12 ਕਿਲੋ ਦੁੱਧ ਬਾਈ ਕਹਿੰਦਾ ਗਰੰਟੀ ਨਾਲ ਆਪਾਂ ਦੇਵਾਂਗੇ। ਤੀਜੇ ਸੂਏ ਸੂਈ ਹੋਈ ਆ, ਮਗਰ ਕੱਟਿਆ 10 ਕੁ ਦਿਨ ਹੋ ਗਏ ਸੂਈ ਨੂੰ, ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ। ਠੀਕ ਆ ਠੀਕ ਆ। ਠੀਕ ਆ ਠੀਕ ਆ। ਲੈ ਵੀ ਬਾਈ ਪੂਰੀ ਗਰੰਟੀ ਦਿੰਦਾ ਗਾ ਵੀ 5 ਦਿਨਾਂ ਬਾਅਦ ਮੰਡੀ ਤੋਂ ਜਾ ਕੇ 12 ਕਿਲੋ ਕਹਿੰਦਾ ਤੁਸੀਂ ਚੋਲਿਓ। ਠੀਕ ਆ ਬਾਈ, ਧੰਨਵਾਦ।